ਆਖਿਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੀ ਬੀਜੇਪੀ 'ਚ ਸ਼ਾਮਲ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਾਂਗਰਸ ਪਾਰਟੀ ਵੱਲੋਂ ਦੋ ਦਫਾ ਮੁੱਖ ਮੰਤਰੀ ਰਹੇ ਸੀ, ਲੇਕਿਨ 2021 ਦੇ ਦਰਮਿਆਨ ਉਹਨਾਂ ਨੂੰ ਜਿਸ ਰਵੱਈਏ ਦੇ ਨਾਲ ਪਾਰਟੀ 'ਚੋਂ ਕੱਢਿਆ ਗਿਆ, ਕੁਰਸੀ ਖੋਈ ਗਈ ਸੀ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਕਾਂਗਰਸ ਪਾਰਟੀ ਨਾਲੋਂ ਨਿਰਾਸ਼ ਹੋ ਗਿਆ ਸੀ, ਖਫਾ ਹੋ ਗਿਆ ਸੀ। 2022 ਦੇ ਵਿੱਚ ਉਹਨਾਂ ਨੇ ਆਪਣੀ ਇੱਕ ਪਾਰਟੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਲਈ ਸੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਨਸੀਬ ਨਹੀਂ ਹੋਈ ਸੀ, ਖੁਦ ਉਹ ਪਟਿਆਲਾ ਤੋਂ ਹਾਰ ਗਏ ਸੀ। ਉਸ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਪਾਰਟੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮਰਜ ਕਰ ਦਿੱਤੀ ਸੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੀਆਂ ਉਮੀਦਾਂ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਕਿਸੇ ਨਾ ਕਿਸੇ ਸੂਬੇ ਦਾ ਰਾਜਪਾਲ ਲਾਉਣਗੇ। ਰੌਲਾ ਪੈਂਦਾ ਰਿਹਾ, ਕਦੀ ਹਿਮਾਚਲ ਪ੍ਰਦੇਸ਼, ਕਦੀ ਮੇਘਾਲਿਆ ਅਤੇ ਕਦੀ ਜੰਮੂ ਕਸ਼ਮੀਰ, ਲੇਕਿਨ ਗੱਲ ਨਹੀਂ ਬਣੀ। ਉੱਧਰ ਕਾਂਗਰਸ ਪਾਰਟੀ ਨੇ ਵੀ ਪ੍ਰਨੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਸੀ, ਲੇਕਿਨ ਪਾਰਟੀ 'ਚੋਂ ਉਦੋਂ ਕੱਢਿਆ ਗਿਆ ਜਦੋਂ ਪ੍ਰਨੀਤ ਕੌਰ ਦੀ ਨਾ ਕਾਂਗਰਸ ਨੂੰ ਲੋੜ ਸੀ ਅਤੇ ਨਾ ਉਹਨਾਂ ਨੂੰ ਪ੍ਰਨੀਤ ਕੌਰ ਦੀ ਲੋੜ ਸੀ। ਹੁਣ ਪ੍ਰਨੀਤ ਕੌਰ ਵੀ ਬੀਜੇਪੀ 'ਚ ਸ਼ਾਮਲ ਹੋ ਗਏ ਨੇ। ਅੱਜ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਮੁੱਖ ਦਫ਼ਤਰ 'ਚ ਉਹਨਾਂ ਨੇ ਸੁਨੀਲ ਜਾਖੜ ਜਿਹੜੇ ਸੂਬਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਕਮਲ ਦਾ ਫੁੱਲ ਫੜ ਲਿਆ। ਤਸਵੀਰ ਬਹੁਤ ਕੁਝ ਬਿਆਨ ਕਰਦੀ ਆ ਕਿ ਕਦੀ ਕੈਪਟਨ ਅਮਰਿੰਦਰ ਸਿੰਘ ਹੋਣੀ ਲੋਕਾਂ ਨੂੰ ਪਾਰਟੀ 'ਚ ਸ਼ਾਮਲ ਕਰਦੇ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਟੱਬਰ ਨੂੰ ਸੁਨੀਲ ਜਾਖੜ ਹੋਣੀ ਸ਼ਾਮਲ ਕਰ ਰਹੇ ਨੇ। ਪਰ ਪ੍ਰਨੀਤ ਕੌਰ ਕਈ ਦਫ਼ਾ ਮੈਂਬਰ ਪਾਰਲੀਮੈਂਟ ਰਹੇ ਨੇ, ਕੇਂਦਰੀ ਵਿਦੇਸ਼ ਮੰਤਰੀ ਵੀ ਰਹੇ ਨੇ, ਲੇਕਿਨ ਜਦੋਂ 2019 'ਚ ਉਹ ਕਾਂਗਰਸ ਪਾਰਟੀ ਵੱਲੋਂ ਪਟਿਆਲਾ ਤੋਂ ਲੋਕ ਸਭਾ ਮੈਂਬਰ ਜਿੱਤੇ ਸੀ ਅਤੇ 2019 ਤੋਂ ਲੈ ਕੇ 2024 ਤੱਕ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਕਿੰਨੀ ਹਾਜ਼ਰੀ ਹੈ, ਕਿੰਨੀ ਪਰਫੋਰਮੈਂਸ ਵਧੀਆ ਰਹੀ ਹੈ, ਅਤੇ ਜਿਹੜੇ ਭਾਰਤ ਸਰਕਾਰ ਵੱਲੋਂ ਇੱਕ MP ਨੂੰ ਆਪਣੇ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਵਾਸਤੇ ਬਜਟ ਦਿੱਤਾ ਜਾਂਦਾ, ਉਹਨਾਂ 'ਚੋਂ ਉਹਨਾਂ ਨੇ ਕਿੰਨੇ ਪੈਸੇ ਖਰਚ ਕੀਤੇ ਨੇ, ਇਹ ਪੂਰਾ ਲੇਖਾ ਜੋਖਾ ਹੀ ਪੇਸ਼ ਕਰਾਂਗੇ ਪ੍ਰਨੀਤ ਕੌਰ ਹੋਣਾ ਦਾ, ਜਿਹੜੇ ਹੁਣ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਪਟਿਆਲਾ ਤੋਂ ਫਿਰ ਆਪਣੀ ਕਿਸਮਤ ਅਜਮਾਉਣਗੇ। ਗੱਲ ਕਰਦੇ ਹਾਂ ਕਿ ਕੁੱਲ 15 ਵਾਰ ਅਜਲਾਸ ਬੈਠਿਆ ਪਾਰਲੀਮੈਂਟ ਦਾ, 2019 ਤੋਂ ਲੈ ਕੇ 2024, ਮਤਲਬ 2019 ਦੇ ਬਜਟ ਸੈਸ਼ਨ ਤੋਂ ਲੈ ਕੇ 2024 ਦੇ ਬਜਟ ਸੈਸ਼ਨ ਤੱਕ ਕੁੱਲ 15 ਅਜਲਾਸ ਹੋਏ ਨੇ, ਉਹਨਾਂ ਵਿੱਚੋਂ ਇੱਕ ਸਪੈਸ਼ਲ ਅਜਲਾਸ ਵੀ ਆ। ਇਹਨਾਂ 'ਚ ਇਹਨਾਂ ਦੀ ਪਰਫੋਰਮੈਂਸ ਜਿਹੜੀ ਐਵਰੇਜ ਰਹੀ ਆ, ਉਹ ਐਵਰੇਜ ਇਹਨਾਂ ਦੀ ਜਿਹੜੀ ਪਰਫੋਰਮੈਂਸ ਆ ਉਹ ਕਰੀਬ ਹਾਜ਼ਰੀ ਇਹਨਾਂ ਦੀ 85% ਰਹੀ ਆ। ਹਾਲਾਂਕਿ ਐਵਰੇਜ ਦੇ ਹਿਸਾਬ ਨਾਲ ਠੀਕ ਆ, ਲੇਕਿਨ ਜਿਵੇਂ ਬਾਕੀਆਂ ਦੀ 100% ਰਹੀ ਆ, ਪਰ ਇਹਨਾਂ ਦੀ ਬਹੁਤ ਹਾਜ਼ਰੀ 85% ਰਹੀ ਆ, ਬਾਕੀਆਂ ਦੇ ਮੁਕਾਬਲੇ ਘੱਟ ਕਿਹਾ ਜਾ ਸਕਦਾ। ਅਗਰ ਸਭ ਤੋਂ ਪਹਿਲਾਂ ਬਜਟ ਸੈਸ਼ਨ 2019 ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਹਾਜ਼ਰੀ 84% ਰਹੀ ਸੀ। ਵਿੰਟਰ ਸੈਸ਼ਨ 2019 ਦੇ ਵਿੱਚ ਵੀ ਹੋਇਆ ਸੀ, ਉਦੋਂ ਇਹਨਾਂ ਦੀ 90% ਰਹੀ। ਫਿਰ ਬਜਟ ਸੈਸ਼ਨ ਅਜਲਾਸ 2020 ਦੇ ਵਿੱਚ ਇਹਨਾਂ ਦੀ ਹਾਜ਼ਰੀ 96%, ਜਿਹੜਾ ਮੌਨਸੂਨ ਅਜਲਾਸ 2020 ਦੇ ਵਿੱਚ ਹੋਇਆ ਮਹਿਜ ਇਹਨਾਂ ਦੀ ਹਾਜ਼ਰੀ 20% ਸੀ, ਮਤਲਬ 1-2 ਵਾਰਾਂ ਹੀ ਗਏ ਹੋਣਗੇ। ਬਜਟ ਅਜਲਾਸ ਜਿਹੜਾ 2021 'ਚ ਪੇਸ਼ ਕੀਤਾ ਗਿਆ, ਜਦੋਂ ਪ੍ਰਨੀਤ ਕੌਰ ਦੀ ਹਾਜ਼ਰੀ 92% ਰਹੀ ਹੈ। ਫਿਰ ਮੌਨਸੂਨ ਸੈਸ਼ਨ ਜਿਹੜਾ 2021 ਦੇ ਵਿੱਚ ਹੋਇਆ, ਉਦੋਂ ਇਹਨਾਂ ਦੀ ਹਾਜ਼ਰੀ ਮਤਲਬ ਪਾਰਲੀਮੈਂਟ ਦੇ ਵਿੱਚ ਇਹਨਾਂ 88% ਰਹੀ ਹੈ। ਵਿੰਟਰ ਅਜਲਾਸ ਜਿਹੜਾ 2021 ਦੇ ਵਿੱਚ ਹੈ, ਉਦੋਂ ਇਹਨਾਂ ਦੀ 94% ਹਾਜ਼ਰੀ ਹੈ।
ਅਤੇ ਜਿਹੜਾ ਬਜਟ ਸੈਸ਼ਨ ਅਜਲਾਸ 2022 ਦੇ ਵਿੱਚ ਆ ਉਦੋਂ ਇਹਨਾਂ ਦੀ ਹਾਜ਼ਰੀ 70 ਫੀਸਦੀ ਰਹੀ ਆ। ਅਗਰ ਪ੍ਰਨੀਤ ਕੌਰ ਹੋਣਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ 2022 ਦੇ ਵਿੱਚ ਮੌਨਸੂਨ ਅਜਲਾਸ ਹੋਇਆ ਉਦੋਂ ਇਹਨਾਂ ਦੀ ਹਾਜ਼ਰੀ ਮਹਿਜ 54 ਫੀਸਦੀ ਰਹੀ ਆ। ਫਿਰ ਵਿੰਟਰ ਸੈਸ਼ਨ 2022 ਦੇ ਵਿੱਚ ਹੁੰਦਾ ਉਦੋਂ ਇਹਨਾਂ ਦੀ ਫਿਰ ਹਾਜ਼ਰੀ ਵੱਧ ਕੇ 94 ਫੀਸਦੀ ਹੋ ਜਾਂਦੀ ਆ। ਅਤੇ ਜਿਹੜਾ ਬਜਟ ਸੈਸ਼ਨ 2023 'ਚ ਹੋਇਆ ਉਦੋਂ ਉਹਨਾਂ ਦੀ ਹਾਜ਼ਰੀ 86 ਫੀਸਦੀ ਰਹਿੰਦੀ ਆ। ਅਤੇ ਜਿਹੜਾ ਮੌਨਸੂਨ ਅਜਲਾਸ 2023 'ਚ ਹੋਇਆ 96 ਫੀਸਦੀ ਹਾਜ਼ਰੀ ਹੈ, ਅਤੇ ਜਿਹੜਾ ਇਹਨਾਂ ਦਾ ਸਪੈਸ਼ਲ ਅਜਲਾਸ ਪਾਰਲੀਮੈਂਟ ਸੱਦਿਆ ਗਿਆ ਉਹ 100 ਫੀਸਦੀ। ਜਿਹੜਾ ਸਪੈਸ਼ਲ ਅਜਲਾਸ 2023 'ਚ ਭਾਰਤ ਸਰਕਾਰ ਨੇ ਬੁਲਾਇਆ ਸੀ ਉਹਦੇ 'ਚ ਲਗਭਗ ਸਾਰੇ ਐੱਮ ਪੀ ਦੀ ਹਾਜ਼ਰੀ ਆ ਉਹ 100 ਫੀਸਦੀ ਰਹੀ ਸੀ, ਕਿਉਂਕਿ ਉਹ ਇੱਕ ਰੋਜ਼ਾ ਹੋ ਸਕਦਾ। ਵਿੰਟਰ ਸੈਸ਼ਨ ਦੇ 2024 ਦੇ ਵਿੱਚ ਇਹਨਾਂ ਦੀ ਹਾਜ਼ਰੀ ਦਿਖਾਈ ਨਹੀਂ ਦਿੰਦੀ, ਪਤਾ ਨਹੀਂ ਗਏ ਕਿ ਨਹੀਂ ਗਏ। ਜਿਹੜਾ ਰਿਕਾਰਡ ਸਾਨੂੰ ਪੀ ਆਰ ਐੱਸ ਲੈਜਿਸਲੇਟਿਵ ਰਿਸਰਚ ਤੋਂ ਮਿਲਿਆ ਉਹਦੇ ਆਧਾਰ 'ਤੇ ਅਸੀਂ ਗੱਲ ਕਰ ਰਹੇ ਹਾਂ। ਜਿਹੜਾ ਬਜਟ ਸੈਸ਼ਨ ਹਾਲ ਹੀ 2024 ਜਦੋਂ ਪਾਰਲੀਮੈਂਟ ਉਠਾਈ ਜਾਂਦੀ ਆ ਉਦੋਂ ਇਹਨਾਂ ਦੀ ਹਾਜ਼ਰੀ 99 ਫੀਸਦੀ ਰਹਿੰਦੀ ਆ। ਇਹ ਤਾਂ ਇਹਨਾਂ ਦਾ ਲੇਖਾ ਜੋਖਾ ਕਿ ਕਿੰਨੇ ਦਿਨ ਜਿਹੜਾ ਪਾਰਲੀਮੈਂਟ ਦਾ ਅਜਲਾਸ ਹੁੰਦਾ, ਚਾਹੇ ਉਹ ਬਜਟ ਸੈਸ਼ਨ ਸੀ, ਚਾਹੇ ਉਹ ਵਿੰਟਰ ਸਰਦ ਰੁੱਤ ਅਜਲਾਸ ਜਾਂ ਫਿਰ ਮੌਨਸੂਨ ਸੈਸ਼ਨ ਸੀ, ਉਹਦੇ 'ਚ ਇਹਨਾਂ ਦੀ ਹਾਜ਼ਰੀ ਜਿਹੜੀ ਔਸਤਨ ਆ 85 ਫੀਸਦੀ ਰਹਿੰਦੀ ਆ। ਹੁਣ ਪ੍ਰਨੀਤ ਕੌਰ ਹੋਣਾਂ ਨੇ ਸਵਾਲ ਕਿੰਨੇ ਪੁੱਛੇ ਨੇ ਪੰਜਾਬ ਨੂੰ ਲੈ ਕੇ ਜਾਂ ਆਪਣੇ ਹਲਕੇ ਨੂੰ ਲੈ ਕੇ, ਉਹ 5 ਸਾਲਾਂ ਦੇ ਵਿੱਚ ਸਿਰਫ ਉਹ 27 ਸਵਾਲ ਹੀ ਪੁੱਛ ਸਕੇ ਨੇ। ਮਤਲਬ ਉਹਨਾਂ ਦੀ ਹਾਜ਼ਰੀ ਭਾਵੇਂ ਕਈ ਜਗ੍ਹਾ ਉਹਨਾਂ ਦੀ 90 ਫੀਸਦੀ ਤੋਂ ਜ਼ਿਆਦਾ ਰਹੀ ਹੈ, ਲੇਕਿਨ ਉਹਨਾਂ ਨੇ ਸਵਾਲ ਪੁੱਛਣ ਦੀ ਖੇਚਲ ਹੀ ਨਹੀਂ ਕੀਤੀ ਹੈਗੀ। ਇਹ ਸਭ ਤੋਂ ਚਿੰਤਾ ਵਾਲੀ ਗੱਲ ਹੈ ਕਿ ਆਖਿਰ ਉਹਨਾਂ ਨੇ ਸਵਾਲ ਕਿਉਂ ਨਹੀਂ ਪੁੱਛੇ, ਜਦ ਉਹ ਪਾਰਲੀਮੈਂਟ ਦੇ ਵਿੱਚ ਗਏ ਸਨ ਫਿਰ ਸਵਾਲ ਕਿਉਂ ਨਹੀਂ ਪੁੱਛੇ। ਇਹ ਇੱਕ ਆਪਣੇ ਆਪ 'ਚ ਜਿਹੜਾ ਸਵਾਲ ਖੜ੍ਹਾ ਹੁੰਦਾ, ਇਹ ਚਿੰਤਾ ਵਾਲੀ ਗੱਲ ਹੈ ਕਿ ਜੇ ਅਸੀਂ ਚੁਣ ਕੇ ਪਾਰਲੀਮੈਂਟ ਭੇਜਦੇ ਹਾਂ ਤਾਂ ਫਿਰ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਸਵਾਲ ਵੀ ਪੁੱਛਣੇ ਚਾਹੀਦੇ ਨੇ। ਜਿਹੜੀਆਂ ਪਾਰਲੀਮੈਂਟ ਦੇ ਵਿੱਚ 15 ਅਜਲਾਸ ਹੋਏ, 15 ਅਜਲਾਸਾਂ ਦੇ ਵਿੱਚ ਹਰ ਰੋਜ਼ ਡਿਬੇਟ ਹੁੰਦੀ ਰਹੀ ਆ, ਉਹਨਾਂ ਡਿਬੇਟਾਂ ਦੇ ਵਿੱਚ ਵੀ ਇਹਨਾਂ ਨੇ ਸਿਰਫ 18 ਵਾਰੀ ਹੀ ਭਾਗ ਲਿਆ। ਮਤਲਬ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਣ ਦੇ ਵਿੱਚ ਵੀ ਲਗਭਗ ਫੜ ਹੀ ਰਹੇ ਨੇ, ਜਿਹੜੀਆਂ ਡਿਬੇਟਸ ਹੋਈਆਂ ਨੇ ਉਹਦੇ 'ਚ ਵੀ ਇਹ ਫੜ ਹੀ ਰਹੇ ਨੇ। ਹਾਜ਼ਰੀ ਜ਼ਰੂਰ 85 ਫੀਸਦੀ ਆ। ਹੁਣ ਗੱਲ ਕਰਦੇ ਕਿ ਇਹਨਾਂ ਨੂੰ ਜਿਹੜਾ ਐੱਮ ਪੀ ਲੈਂਡ ਫੰਡ ਕਿੰਨਾ ਮਿਲਿਆ, ਕਿੰਨਾ ਇਹ ਆਪਣੇ ਹਲਕੇ ਦੇ ਵਾਸਤੇ ਗ੍ਰਾਂਟਾਂ ਲਿਆ ਸਕੇ ਨੇ, ਕਿੰਨੀਆਂ ਤਜਵੀਜ਼ਾਂ ਪਾਸ ਕਰਾ ਸਕੇ, ਕਿੰਨੇ ਸੈਂਟਰ ਦੇ ਵਜ਼ੀਰਾਂ ਨੂੰ ਮਿਲ ਕੇ ਗੱਫੇ ਲੈ ਕੇ ਆਏ ਨੇ। ਕੁੱਲ ਮਿਲਾ ਕੇ ਜਿਹੜਾ ਐੱਮ ਪੀ ਲੈਂਡ ਫੰਡ ਇਹਨਾਂ ਨੂੰ ਮਿਲਿਆ ਸੀ ਉਹ ਕਰੀਬ 7.6 ਕਰੋੜ ਮਤਲਬ ਮਿਲਿਆ ਸੀ, ਉਹਦੇ 'ਚੋਂ ਖਰਚਿਆ ਇਹਨਾਂ ਨੇ 6.64 ਕਰੋੜ ਰੁਪਏ। ਮਤਲਬ ਔਸਤਨ 94 ਫੀਸਦੀ ਇਹਨਾਂ ਨੇ ਬਜਟ ਜਿਹੜਾ ਇਹਨਾਂ ਨੂੰ ਮਿਲਿਆ ਉਹ ਖਰਚਿਆ ਹੈਗਾ। ਕੁੱਲ 7.06 ਕਰੋੜ ਰੁਪਏ ਜਿਹਦੇ 'ਚ ਉਹਨਾਂ ਨੇ ਖਰਚੇ ਨੇ 6.64 ਕਰੋੜ ਰੁਪਏ। ਇਹ ਪ੍ਰਨੀਤ ਕੌਰ ਹੋਣਾਂ ਦੀ ਪਰਫੋਰਮੈਂਸ ਆ, ਉਹਨਾਂ ਦਾ ਲੇਖਾ ਜੋਖਾ, ਕਿੰਨੀ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਹੈ, ਕਿੰਨੀਆਂ ਉਹਨਾਂ ਨੇ ਡਿਬੇਟਾਂ ਦੇ ਵਿੱਚ ਪਾਰਟੀਸਪੇਟ ਕੀਤਾ, ਕਿੰਨੇ ਉਹਨਾਂ ਨੇ ਸਵਾਲ ਪੁੱਛੇ ਨੇ, ਅਤੇ ਕਿੰਨੇ ਆ ਬਜਟ ਖਰਚ ਕੀਤਾ ਹੈਗਾ। ਵੈਸੇ ਕਿਉਂਕਿ ਬੀਜੇਪੀ 'ਚ ਸ਼ਾਮਿਲ ਹੋ ਚੁੱਕੇ ਨੇ ਔਰ ਪਟਿਆਲੇ ਤੋਂ ਪੂਰੀ ਉਮੀਦ ਆ ਕੈਪਟਨ ਪਰਿਵਾਰ ਨੂੰ ਕਿ ਬੀਜੇਪੀ ਤੋਂ ਹੀ ਪ੍ਰਨੀਤ ਕੌਰ ਦੁਬਾਰਾ ਚੋਣ ਲੜਨਗੇ। ਜਿਹੜਾ ਬੀਜੇਪੀ ਨੇ ਜਦੋਂ ਹੁਣ ਟਿਕਟਾਂ ਬਹੁਤ ਸਾਰੀਆਂ ਬੀਜੇਪੀ ਨੇ ਟਿਕਟਾਂ ਵੰਡ ਵੀ ਦਿੱਤੀਆਂ, ਅਤੇ ਜਦੋਂ ਪੰਜਾਬ ਦੀ ਵਾਰੀ ਆਊਗੀ ਤਾਂ ਪਟਿਆਲਾ ਤੋਂ ਲਾਜ਼ਮੀ ਤੌਰ 'ਤੇ ਪ੍ਰਨੀਤ ਕੌਰ ਹੀ ਉਮੀਦਵਾਰ ਹੋ ਸਕਦੇ ਨੇ। ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਇਹ ਮੰਨ ਕੇ ਚੱਲਦਾ ਕਿ ਪਾਰਲੀਮੈਂਟ ਦੇ ਵਿੱਚ ਅਗਰ ਪ੍ਰਨੀਤ ਕੌਰ ਜਿੱਤਦੇ ਆ ਤਾਂ ਫਿਰ ਅਗਲੀਆਂ ਜਿਹੜੀਆਂ 2027 ਦੇ ਵਿੱਚ ਚੋਣਾਂ ਹੋਣੀਆਂ ਨੇ ਪੰਜਾਬ ਅਸੈਂਬਲੀ ਦਾ, ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੂੰ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਬਣਾਇਆ ਜਾ ਸਕਦਾ।
ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਹ ਵੀ ਸੋਚ ਲਗਾ ਕੇ ਬੈਠੇ ਨੇ ਕਿ ਜੇ 2024 ਦੇ ਵਿੱਚ ਸਰਕਾਰ ਬਣ ਜਾਂਦੀ ਆ, ਪਟਿਆਲੇ ਤੋਂ ਪ੍ਰਨੀਤ ਕੌਰ ਜਿੱਤ ਜਾਂਦੀ ਹੈ, ਤਾਂ ਫਿਰ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਪ੍ਰਨੀਤ ਕੌਰ ਨੂੰ ਮੰਤਰੀ ਬਣਨ ਦਾ ਵੀ ਮਾਣ ਹਾਸਲ ਹੋ ਸਕਦਾ। ਇਸੇ ਕਰਕੇ ਹੁਣ ਕੈਪਟਨ ਪਰਿਵਾਰ ਵੀ ਬੀਜੇਪੀ 'ਚ ਸ਼ਾਮਲ ਹੋ ਗਿਆ। ਪ੍ਰਨੀਤ ਕੌਰ ਦਾ ਲੇਖਾ ਜੋਖਾ ਅਸੀਂ ਤੁਹਾਡੇ ਸਾਹਮਣੇ ਰੱਖਿਆ ਹੈਗਾ। ਇਸੇ ਤਰ੍ਹਾਂ ਕੱਲ੍ਹ ਹਰਸਿਮਰਤ ਕੌਰ ਬਾਦਲ ਹੋਣਾ ਦਾ ਲੇਖਾ ਜੋਖਾ ਪੇਸ਼ ਕਰਾਂਗੇ, ਕਿਉਂਕਿ ਸੈਂਟਰ ਦੇ ਵਿੱਚ ਉਹ ਵਜ਼ੀਰ ਵੀ ਰਹਿ ਚੁੱਕੇ ਨੇ, ਅਤੇ ਬਾਅਦ 'ਚ ਗੱਠਜੋੜ ਟੁੱਟ ਜਾਂਦਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ, ਫਿਰ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਦੀ ਪਰਫੋਰਮੈਂਸ ਕਿਹੋ ਜਿਹੀ ਰਹੀ ਆ। ਫਿਲਹਾਲ ਸਾਨੂੰ ਦਿਓ ਆ ਗਿਆ, ਇਸੇ ਤਰ੍ਹਾਂ ਦੇਖਦੇ ਰਹੋ। ABC ਪੰਜਾਬ, ਧੰਨਵਾਦ।